ਨਹੀਂ ਮੈਂ ਤਾਂ ਪੂਰੀ ਸਜੀ ਹੋਈ ਆ ਅੱਜ ਪੂਰਾ ਉਹ ਇੰਜੋਏ ਕਰ ਰਹੀ ਆ ਆਪਣਾ ਡੇ ਹੈ ਤੇ ਇੱਧਰ ਦੇਖੋ ਮੇਰੇ ਘਰ ਵਾਲੇ ਨੂੰ ਕੋਈ ਚਾਹ ਹੀ ਨਹੀਂ ਹੈਗਾ ਚਾਹ ਆ ਤੁਹਾਡੀ ਚੰਗੀ ਗੱਲ ਆ ਮਾਵਾਂ ਧੀਆਂ ਦੀ ਦੇਖੀ ਕਿੰਨੀ ਖੁਸ਼ ਹੋ ਰਹੀ ਆ ਦੇਖੀ ਦੇਖੀ ਤੂੰ ਅੱਗੇ ਆਈ ਲੈ ਲੈ ਇੱਧਰ ਦੋ ਕੁੜੀਆਂ ਖੇਡ ਰਹੀਆਂ ਨੇ ਖੇਡਦੀਆਂ ਘੱਟ ਨੇ ਇਹ ਲੜਦੀਆਂ ਜ਼ਿਆਦਾ ਨੇ ਇਹਦੇ ਪਿੱਛੇ ਵੀ ਇਹ ਕਹਿੰਦੀ ਹੈ ਰਬਾਬ ਕਹਿੰਦੀ ਹੈ ਵੀ ਮੈਂ ਇਕੱਲੀ ਵਿੱਚ ਟੱਪੂੰਗੀ ਆਹ ਕਿਹਨੇ ਮੱਥੇ ਦੇ ਉੱਤੇ ਰਾਤ ਆਹ ਆਪਣਾ ਇਨੋ ਮਾਰਿਆ ਜੰਪ ਕਰਕੇ ਦਿਖਾ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਹੈਗੀ ਹੈ ਸਾਡੀ ਐਨਵਰਸਰੀ ਅੱਜ ਦਿਨ ਵੀ ਬੜਾ ਸੋਹਣਾ ਚੜਿਆ ਧੁੱਪ ਐਨ ਧੁੱਪ ਚੜ ਰਹੀ ਆ ਸਿਰੇ ਦੀ ਤੇ ਹਲੇ ਕੋਈ ਪਲੈਨਿੰਗ ਨਹੀਂ ਹੈਗੀ ਕੀ ਕਰਨਾ ਕੀ ਨਹੀਂ ਕਿੱਥੇ ਜਾਣਾ ਵੈਸੇ ਜਾਵਾਂਗੇ ਤਾਂ ਸਹੀ ਬਾਹਰ ਪਰ ਇਹ ਨਹੀਂ ਪਤਾ ਹੈਗਾ ਵੀ ਕਿੱਥੇ ਜਾਣਾ ਦੇਖਦੇ ਆ ਹੁਣ ਕਿੱਥੇ ਦੀ ਸਲਾਹ ਬਣਦੀ ਹੈ ਕੀ ਮੰਮਾ ਪਾਪਾ ਨੂੰ ਐਨਵਰਸਰੀ ਵਿਸ਼ ਕੀਤੀ ਹੈ ਬਰਥਡੇ ਟੂ ਯੂ ਵਾਲਾ ਕੇਕ ਕੱਟਾਂਗੇ ਰਬਾਬ ਬਰਥਡੇ ਟੂ ਯੂ ਵਾਲਾ ਲੜਨਾ ਨੀ ਹੈਗਾ ਆਪਣਾ ਆਪਣੀ ਆਪਣੀ ਜੰਪਿੰਗ ਕਰੋ ਆਪਣੀ ਆਪਣੀ ਗੁੱਡ ਗਰਲ ਬਣ ਗਈ ਰਬਾਬ ਦੇ ਤਾਂ ਕੈਪ ਲੈ ਲਈ ਰਬਾਬ ਓਏ ਬਾਬ ਕੀ ਖਾਂਦੇ ਹੋ ਦੇਖ ਮੇਰਾ ਪੁੱਤ ਕਿਵੇਂ ਤਿਆਰ ਹੋ ਰਿਹਾ ਜਿਵੇਂ ਬੈਂਡ ਵਾਜੇ ਵਾਲੀ ਹੁੰਦੀ ਆ ਉਵੇਂ ਲੱਗ ਰਹੀ ਹੈ ਜਮੀ ਰਬਾਬ ਬੈਂਡ ਵਾਜੇ ਵਾਲਾ ਲੱਗ ਰਿਹਾ ਪੁੱਤ ਤੂੰ ਇੱਧਰ ਦੇਖ ਇੱਧਰ ਟੀ ਵੀ ਦੇ ਵਿੱਚ ਨਾ ਐਂ ਵੜ ਜਾਂਦੀ ਨਾ ਨਾਲ ਰੋਟੀ ਨਾਲ ਚੁੰਡੀਆਂ ਹੋ ਰਹੀਆਂ ਨੇ ਫਿਰ ਜੇ ਕਹਿੰਦੀ ਹੈ ਦੇ ਦੇ ਉਹ ਨੋ ਰਬਾਬ ਨੋਜੀ ਕਿੱਥੇ ਗਈ ਤੇਰੀ ਨੋਜੀ ਕਿੱਥੇ ਗਈ ਹੈ ਛੋਟੀ ਜਿਹੀ ਨੋਜੀ ਆ ਓਏ ਲੈ ਦੇਖੀ ਦੇ ਆਹ ਨੌ ਮਾਰਿਆ ਨਾਲੇ ਮੱਥੇ ਤੇ ਆ ਦੇਖੀ ਦੇਖੀ ਉਹ ਚੱਕ ਲਿਆ ਉਹਨੂੰ ਆਹ ਦੇਖਾ ਨੱਕ ਨੂੰ ਤਾਂ ਪਤਾ ਨਹੀਂ ਕਿਉਂ ਇੰਨਾ ਰਗੜਦੀ ਹੈ ਪਟਿਆਲੇ ਕੀ ਖਾਏਂਗੀ ਫਿਰ ਰਬਾਬ ਕੀ ਤੋੜਦਾ ਤੁਸੀਂ ਕੀ ਆ ਇਹ ਬੀਵੀ ਦਿਖਾਇਓ ਦਿਖਾਇਓ ਰਬਾਬ ਦਿਖਾਈ ਕਿੰਨਾ ਸੋਹਣਾ ਬੀਵੀ ਆ ਉਹ ਰਬਾਬ ਨੇ ਤੋੜਿਆ ਗੰਦੇ ਬੱਚੇ ਨੇ ਇਹ ਬੋਤਲ ਤੂੰ ਦਿਖਾਈ ਅੱਜ ਇਹਨੂੰ ਹੈ ਮੰਮੀ ਕੱਟ ਕੇ ਤਾਂ ਇੱਥੇ ਕੱਟਾਂਗੇ ਕੇਕ ਤਾਂ ਹੋਰ ਡੈਡੀ ਕਹਿੰਦੇ ਅੱਜ ਆ ਡੈਡੀ ਜਿਵੇਂ ਬਰਥਡੇ ਤੇ ਗਏ ਸੀਗੇ ਉਵੇਂ ਚੱਲਦੇ ਆ ਫਿਰ ਹੁਣ ਦੇਖਿਓ ਹੁਣ ਡੈਡੀ ਚੱਲੀਏ ਜਿਵੇਂ ਬਰਥਡੇ ਤੇ ਗਏ ਸੀ ਜਿਵੇਂ ਆਪਾਂ ਬਰਥਡੇ ਤੇ ਗਏ ਤੇ ਮੇਰੇ ਤੇ ਚੱਲੀਏ ਦੇਖੋ ਉੱਥੇ ਫਿਰ ਡੈਡੀ ਖਾ ਲੈਂਦੇ ਜਾ ਰਹੇ ਨਾ ਪਕੜੀ ਨਾ ਹੁਣ ਨੀ ਲੈਣੀ ਉਹਨੂੰ ਪਤਾ ਰੜੀ ਤੁਹਾਨੂੰ ਐਵੇਂ ਵੀ ਨੀ ਯਾਦ ਰੜੀ ਅੱਜ ਮੇਰੇ ਵਿਆਹ ਨੂੰ ਕਿੰਨੇ ਹੋ ਗਏ ਸਾਲ ਗਿਆਰਾਂ ਕਿੰਨੇ ਸਾਲ ਹੋ ਗਏ ਦੱਸਿਓ ਗਿਆਰਾਂ ਤਿੰਨ ਸਾਲ ਹੋ ਗਏ ਹੋਣੇ ਮੰਮੀ ਨੇ ਦੱਸਿਆ ਹੋਣਾ ਪੱਕਾ ਤਿੰਨ ਦੱਸਿਆ ਹੋਣਾ ਤੇ ਦੋ ਰਬਾਬ ਨੂੰ ਹੋ ਜਾਣਗੇ ਸਹੀ ਗੱਲ ਆ ਬਈ 7 ਜਨਵਰੀ ਨੂੰ ਹੈਗਾ ਰਬਾਬ ਦਾ ਬਰਥਡੇ ਇਸ ਟਾਈਮ ਪਿਆਰ ਪਿਆਰ ਹੋ ਕੇ ਬਰਫੀ ਬਰਫੀ ਖਾ ਲਓ ਪਰ ਉਸ ਦਿਨ ਤਾਂ ਮਿਲਿਆ ਨਹੀਂ ਤੇ ਕੁਛ ਲੈ ਹੁਣ ਇਹ ਡੈਡੀ ਖਾਊਗੀ ਤੁਸੀਂ ਕਮਾਲ ਕਰ ਰਹੇ ਹੋ ਪਟਿਆਲੇ ਜਾਣਾ ਹੀ ਮਸੰਮੀ ਖਾਊਗੀ ਹੁਣ ਡੈਡੀ ਫਿਰ ਐ ਕਰੋ ਸਾਨੂੰ ਦੋਵਾਂ ਜਣਿਆਂ ਨੂੰ ਤੁਸੀਂ ਅੱਜ 51,000 ਰੁਪਏ ਦੇ ਦਿਓ ਠੀਕ ਆ ਇਹ ਬੱਸ ਦਾ ਨਾ ਸਮਝ ਨਹੀਂ ਆ ਰਿਹਾ ਹੈਗਾ ਵੀ ਜਾ ਇੱਧਰ ਨੂੰ ਰਹੀ ਹੈ ਪਰ ਜਾ ਸਿੱਧੀ ਰਹੀ ਹੈ ਇੰਨੀ ਟੇਢੀ ਜਾ ਰਹੀ ਹੈ ਬੱਸ ਜਮਾਂ ਹੀ ਬਿਲਕੁਲ ਵਿੰਗੀ ਹੋਈ ਪਈ ਆ ਦੇਖੋ ਇੱਥੋਂ ਦੇਖ ਰਿਹਾ
ਐਵੇਂ ਲੱਗਦਾ ਜੀ ਮੈਂ ਇੱਧਰ ਨੂੰ ਜਾਊਗੀ ਸਾਈਡ ਨੂੰ। ਰਬਾਬ ਓਏ ਰਬਾਬ ਲੈ ਲੈ ਲੈ, ਰੋ ਕਿਉਂ ਰਿਹਾ ਮੇਰਾ ਪੁੱਤ, ਨੀਨੀ ਕਰਕੇ ਉੱਠਿਆ, ਲੈ 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 ਆ ਜਾਓ ਆ ਜਾਓ, ਬਰਥਡੇ ਟੂ ਯੂ ਕਰਾਂਗੇ ਠੀਕ ਹੈ, ਫਿਰ ਆਪਾਂ ਬਰਥਡੇ ਟੂ ਯੂ ਕਰਨਾ, ਆ ਜਾਓ ਫਿਰ ਆ ਜਾਓ ਪਾਪਾ ਨਾਲ ਆ ਜਾਓ, ਮੰਮੀ ਨੂੰ ਇੱਕ ਤਾਂ ਮੰਮਾ ਨੂੰ ਕਹਿੰਦੀ ਆ ਅੰਮਾ ਅੰਮਾ, ਮੰਮੀ ਨੂੰ ਕਹਿੰਦੀ ਆ ਅੰਮੀ, ਚਲ ਆ ਜਾ ਫਿਰ ਪਾਪਾ ਨਾਲ ਆ ਜਾ, ਤੇ ਅੱਜ ਕਰਨਾ ਹੈ ਜੀ ਲੰਚ, ਲੰਚ ਕਰਨਾ ਹੈਗਾ ਨਾ, ਮੋਮਬੱਤੀ ਵਾਲਾ, ਮੋਮਬੱਤੀ ਵਾਲਾ ਵੈਸੇ ਡਿਨਰ ਹੁੰਦਾ ਆ, ਆਪਾਂ ਲੰਚ ਕਰ ਲਾਂਗੇ ਮੋਮਬੱਤੀ ਵਾਲਾ, ਨਹੀਂ ਹੁਣ ਤਾਂ ਵੈਸੇ ਦੁਪਹਿਰ ਵਾਲੀ ਦਾ ਟਾਈਮ ਹੋ ਗਿਆ, ਦੁਪਹਿਰ ਵਾਲੀ ਰੋਟੀ ਦਾ ਸਵਾ ਇੱਕ ਹੋ ਗਿਆ, ਤੇ ਮਾਰਕੀਟ ਬਹੁਤ ਸੋਹਣੀ ਆ, ਅੱਗੇ ਵੀ ਵੈਸੇ ਕਾਫੀ ਵਾਰ ਆਏ ਆ ਇੱਥੇ, ਐ ਆ ਜਾਓ ਆ ਜਾਓ ਆ ਜਾਓ ਅੱਗੇ ਅੱਗੇ, ਨਹੀਂ ਅੱਗੇ ਰਬਾਬ ਸ਼ੀਸ਼ੇ ਨੂੰ ਦੇਖੀ ਜਾਂਦੀ ਆ, ਉਹ ਖੁੱਲੀ ਜਾ ਰਿਹਾ ਬੰਦ ਹੋਈ ਜਾ ਰਿਹਾ, ਹਲੇ ਤੈਨੂੰ ਸਟਾਰਬਕ ਦਾ ਨਹੀਂ ਪਤਾ ਹੈਗਾ, ਆ ਜਾ ਪੁੱਤ ਆ ਜਾ, ਕੀ ਸੀ ਯਾਰ ਉਹ ਖੁੱਲੀ ਜਾਂਦਾ ਸੀ ਬੰਦ ਹੋਈ ਜਾਂਦਾ ਸੀ ਹਨਾ, ਆਪੇ ਆਪਾਂ ਜਾਣਾ ਆ ਥਰਡ ਫਲੋਰ ਤੇ ਇੱਥੇ, ਠੀਕ ਹੈ ਰਬਾਬ ਠੀਕ ਹੈ ਠੀਕ ਹੈ, ਚਲੋ ਚਲੋ ਮੈਡਮ ਸਰ ਚਲੋ, ਜਿਵੇਂ ਕਈ ਫਿਲਮਾਂ ਦੇ ਵਿੱਚ ਮੈਡਮ ਨੂੰ ਪਤਾ ਨਹੀਂ ਕਿਉਂ ਕਹਿੰਦੇ ਹੁੰਦੇ ਨੇ ਮੈਡਮ ਸਰ, ਮੈਡਮ ਸਰ ਚਲੋ ਬਹੁਤ ਜਿਆਦਾ ਸੋਹਣੀ ਆ, ਗਗਨ ਉਧਰਲੀ ਸਾਈਡ ਓਪਨ ਹੈ, ਬਾਹਰਲੀ ਸਾਈਡ ਆਜੋ ਬੇਟਾ ਆਜੋ, ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਬਣਾਈ ਹੋਈ ਹੈ, ਸੋਹਣੀ ਹੈ ਲੋਕੇਸ਼ਨ, ਬਾਹਰ ਬਹੁਤ ਜ਼ਿਆਦਾ ਯਾ, ਅੰਦਰ ਵੀ ਦੇਖ ਕਿੰਨਾ ਸੋਹਣਾ ਹੈ, ਰਬਾਬ ਕੀ ਹੈ ਇੱਥੇ, ਹੈ ਰਬਾਬ ਆਹ ਬਾਹਲੇ ਸੋਹਣੇ ਰੱਖੇ ਹੋਏ ਨੇ, ਇਹ ਰਾਤ ਨੂੰ ਨਾ ਜ਼ਿਆਦਾ ਸੋਹਣਾ ਲੱਗਦਾ ਹੈ, ਗਗਨ ਰਾਤ ਨੂੰ ਵੈਸੇ ਜ਼ਿਆਦਾ ਸੋਹਣਾ ਲੱਗਦਾ ਹੈ, ਉਦੋਂ ਲਾਈਟਿੰਗ ਹੁੰਦੀ ਹੈ, ਰਾਤ ਨੂੰ ਅੱਜ ਮੈਂ ਰਿਸੈਪਸ਼ਨ ਦੇ ਵਿੱਚ ਜਾਣਾ ਆ, ਤਾਂ ਕਰਕੇ ਅਸੀਂ ਅੱਜ ਵੈਸੇ ਵੀ ਸਲਾਹ ਸੀ ਮੇਰੀ ਵੀ ਆਪਾਂ ਰਾਤ ਨੂੰ ਆਉਣੇ ਹਾਂ, ਕਿਉਂਕਿ ਰਾਤ ਨੂੰ ਇਹ ਜ਼ਿਆਦਾ ਸੋਹਣਾ ਲੱਗਦਾ, ਪਰ ਉੱਥੇ ਵੀ ਜਾਣਾ ਜ਼ਰੂਰੀ ਹੈ, ਆ ਜਾਓ ਬੇਟਾ ਕੀ ਹੈ, ਨਹੀਂ ਬਾਹਰ ਬੈਠਦੇ ਹਾਂ, ਬਾਹਰ ਧੁੱਪ ਹੈ, ਹਾਂ ਸ਼ਾਮ ਨੂੰ ਜ਼ਿਆਦਾ ਸੋਹਣਾ ਲੱਗਦਾ, ਆਇਆ ਮੈਂ ਸ਼ਾਮ ਨੂੰ ਬਾਈ, ਚੱਕਲਾ ਚੱਕਲਾ ਨੀਚੋ ਚੱਕਲਾ ਜਾ ਕੇ, ਹੋ ਗਿਆ ਬੁੱਬਲਾ ਤੇਰਾ, ਲਓ ਜੀ ਪਾਸਤਾ ਤੇ ਫਰਾਈਜ਼ ਏ ਰਬਾਬ ਦੀਆਂ, ਰਬਾਬ ਚੱਕਲਾ ਕਿਵੇਂ ਬੈਠੀ ਤੂੰ, ਆ ਸੀ ਚੀਜ਼ੀ, ਆ ਜਾ ਚੀਜ਼ੀ ਲੈ ਲਾ, ਆ ਜਾ ਉਹ ਆ ਗਿਆ ਬੈਲੂਨ ਤੇਰਾ, ਆ ਜਾ ਉੱਠ ਜਾ ਉੱਠ ਜਾ, ਚੀਜ਼ੀ ਲੈ ਲਾ, ਹੁਣ ਦੇਖੀ 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 ਕਿਵੇਂ ਭੱਜਦੀ ਆ ਰਹੀ ਹੈ, ਕੌਫੀ ਇਹਦੀ ਬਿਲਕੁਲ ਬੰਦ ਹੈ, ਪਰ ਸਭ ਤੋਂ ਪਹਿਲਾਂ ਆਰਡਰ ਇਹਨੇ ਕੌਫੀ ਦਾ ਦਿੱਤਾ, ਇਹ ਦੇਖ ਲਾ ਕੌਫੀ, ਮੇਨ ਕੌਫੀ ਦੀ ਗੱਲ ਦੱਸ, ਆਹ ਕੁਛ ਤਾਂ ਕਰਨਾ ਹੀ ਹੁੰਦਾ ਹਨਾ, ਖੇਡੀ ਜਾਂਦੇ ਮਿੱਟੀ ਦੇ ਉਹਦੇ ਵਿੱਚ ਨਾ, ਜਿਹੜਾ ਹਜੀਰਾ ਪਿਆ ਹੱਥਾਂ ਚੱਕ ਚੱਕ ਮਾਰ ਰਹੀ ਉੱਪਰ, ਚਲੋ ਚੱਲੀਏ ਚਲੋ ਚਲੋ ਚਲੋ, ਕਿਹੜਾ ਲੈਣਾ ਪੁੱਤ, ਕਿਹੜੇ ਨੂੰ ਹੱਥ ਲਾ ਰਹੇ ਸੀਗੇ, ਕਿਹੜਾ ਬਰਥਡੇ ਟੂ ਯੂ ਕਿਹੜਾ ਲੈਣਾ, ਲੈ ਉਹਨੂੰ ਸਾਰਾ ਪਤਾ, ਦੇਖੀ ਇੰਨੀ ਖੁਸ਼ ਹੋਈ ਫਿਰ ਰਹੀ ਹੈ, ਕਿਹੜਾ ਕਿਹੜਾ, ਵਧੀਆ ਸਜਾਏ ਹੋਏ ਨੇ ਹਨਾ, ਹੁਣ ਜ਼ਿਆਦਾ ਇਹਨਾਂ ਦਾ ਕੋਲ ਜ਼ਿਆਦਾ ਕੁਆਂਟਿਟੀ ਆ ਗਈ ਕੇਕਾਂ ਦੀ, ਨਹੀਂ ਮਿਕਸ ਫਰੂਟ ਲੈਂਦੇ ਹਾਂ, ਮਿਕਸ ਫਰੂਟ ਫਰੈਸ਼ ਹੋਏਗਾ ਤਾਂ, ਮਿਕਸ ਫਰੂਟ ਵਧੀਆ ਹੁੰਦਾ ਪੁੱਛਦੇ, ਰਬਾਬ
ਕਿਹੜਾ ਲੈਣਾ ਬੇਟਾ ਆ ਲੈ ਲਈਏ ਇਹ 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 ਆ ਬਰਥਡੇ ਟੂ ਯੂ ਇਹ ਲੈ ਲੈਣੇ ਠੀਕ ਹੈ ਹਾਂ ਬਰਥਡੇ ਟੂ ਯੂ ਆ ਵਾਲਾ ਹਾਂ ਠੀਕ ਹੈ ਕੀ ਕਹਿ ਰਹੇ ਹੋ ਕਰ ਦੋ ਕਲੈਪਿੰਗ ਲੈ ਲਿਆ ਜੀ ਆਪਾਂ ਕੇਕ ਤੇ ਉੱਧਰ ਰਬਾਬ ਨੂੰ ਵੀ ਮਿਲ ਗਿਆ ਗਿਫਟ ਇਹ ਜਿੱਥੇ ਜਾਂਦੀ ਉਹਨੂੰ ਵੈਸੇ ਗਿਫਟ ਮਿਲ ਹੀ ਜਾਂਦੇ ਨੇ ਰਬਾਬ ਕਿਹੜਾ ਗਿਫਟ ਮਿਲਿਆ ਤੈਨੂੰ ਇਹਨੇ ਤਾਂ ਚੱਕਤਾ ਸਾਰਾ ਇਹਨੇ ਅੱਜ ਤੱਕ ਨਾ ਕਿਸੇ ਸਬਸਕ੍ਰਾਈਬਰ ਨੂੰ ਜਲਦੀ ਮਿਲਦੀ ਨਹੀਂ ਉਹਨਾਂ ਨੇ ਦਿੱਤਾ ਲੋਲੀਪੌਪ ਵੀ ਤਾਂ ਫਟਾਫਟ ਮੂੰਹ ਚ ਪਾ ਕੇ ਬਾਏ ਵੀ ਕਰਤੀ ਆ ਜਾ ਖਾ ਗਈ ਹੁਣ ਥੈਂਕ ਯੂ ਤਾਂ ਕੀ ਕਾਰ ਉਧਰ ਆਪਣੀ ਕਿਹੜੀ ਆ ਕਾਰ ਚਲੋ ਕਾਰ ਲਵੇ ਛੱਡੀ ਰੱਖੀ ਇਹਨੂੰ ਚਲੋ ਕਾਰ ਚ ਚਲੋ ਇੱਧਰ ਆ ਜਾਓ ਨਹੀਂ ਮੈਂ ਤਾਂ ਪੂਰੀ ਸਜੀ ਹੋਈ ਆ ਅੱਜ ਪੂਰਾ ਉਹ ਇੰਜੋਏ ਕਰ ਰਹੀ ਹਾਂ ਆਪਣਾ ਡੇ ਹੈ ਤੇ ਇੱਧਰ ਦੇਖੋ ਮੇਰੇ ਘਰ ਵਾਲੇ ਨੂੰ ਕੋਈ ਚਾਹ ਹੀ ਨਹੀਂ ਹੈਗਾ ਸਾਰੀ ਉਮਰ ਫਸ ਗਿਆ ਪਰ ਮੈਂ ਨੀ ਕਹਿ ਰਹੀ ਇਹ ਗੱਲ ਮੈਂ ਪੂਰੀ ਸਜੀ ਹੋਈ ਆ ਦੇਖੋ ਮੰਮਾ ਨੂੰ ਮੰਮਾ ਕੀ ਕਹਿੰਦੇ ਨੇ ਮੰਮਾ ਮੈਂ ਤਾਂ ਨਾਰੀਅਲ ਮੈਂ ਤਾਂ ਜੂਸ ਛੱਡਤਾ ਹੁਣ ਮੇਰਾ ਗਲ ਖਰਾਬ ਹੋ ਜਾਂਦਾ ਨਾਰੀਅਲ ਪਾਣੀ ਪੀਣਾ ਦੇਖੀ ਪੀ ਰਹੀ ਹੈ ਵੈਸੇ ਮਿੱਠਾ ਹੋਣਾ ਨਾ ਹਾਂ ਚੁਕੰਦਰ ਵਗੈਰਾ ਪੀ ਲੈ ਬੇਟਾ ਪੀ ਲੈ ਇਹ ਇਹ ਹਾਂ ਤੁਹਾਡੀ ਚੰਗੀ ਗੱਲ ਆ ਮਾਵਾ ਧੀਆਂ ਦੀ ਛੱਡ ਹੀ ਨੀ ਰਹੀ ਹੈਗੀ ਦੇਖੀ ਜੂਸ ਦੇ ਗਲਾਸ ਨੂੰ ਮੈਨੂੰ ਐਵੇਂ ਡਰ ਲੱਗ ਰਿਹਾ ਕੱਪੜਿਆਂ ਤੇ ਨਾ ਡੋਲਦੇ ਰਵਾ ਜੰਮੀ ਹੈ ਜੂਸ ਹੈ ਤੂੰ ਵੀ ਪੀ ਕਹਿੰਦੀ ਨਾਲ ਬਈ ਪੀ ਪੀ ਦੇਖੀ ਕਿੰਨੀ ਖੁਸ਼ ਹੋ ਰਹੀ ਹੈ ਦੇਖੀ ਦੇਖੀ ਤੂੰ ਅੱਗੇ ਰਾਈ ਲੈ ਲੈ ਇੰਨਾ ਖੁਸ਼ ਹੋ ਰਹੀ ਹੈ ਡੈਡੀ ਆ ਜਾ ਕਹਿੰਦੀ ਟੂ ਜੂ ਕਰੀਏ ਮਹੀਨਾ ਵੀ ਕੋਲ ਨੀਚੇ ਦੇਖੀ ਰਬਾਬ ਦਾ ਮੂੰਹ ਦੇਖੀ ਰਬਾਬ ਆ ਦੇਖੋ ਮਹੀਨਾ ਮਹੀਨਾ ਗੁੱਡ ਗਰਲ ਆ ਬੇਟਾ ਮਹੀਨੇ ਨੂੰ ਪਤਾ ਆ ਵੀ ਇੱਥੇ ਖੜਨਾ ਹੈ ਸੀਂਕ ਦੇ ਕੇ ਮੈਂ ਮਚਾਉਂਦੀ ਹੈ ਟੇਡੀ ਜੀ ਕਰਕੇ ਬਾਟੇ ਟੂ ਯੂ ਆ ਚਲੋ ਦੋਨੇ ਜਿਹੜੀਆਂ ਕਰੋ ਆ ਜਾਓ ਰਬਾਬ ਆ ਜਾਓ ਪੁੱਤ ਆ ਜਾਓ ਫੂਕ ਮਾਰਿਓ ਠੀਕ ਹੈ ਇਹ ਖੜ ਜਾ ਮਹੀਨੇ ਹਜੇ ਨਹੀਂ ਮਾਰਨੀ ਜਦੋਂ ਮੈਂ ਕਹੂੰਗਾ ਠੀਕ ਹੈ ਪੁੱਤ ਚਲੋ ਮਹੀਨੇ ਮਾਰੋ ਇਹ 1 2 3 ਫੂਕ ਮਾਰੋ ਇਹ ਓ ਹੈਪੀ ਬਰਥਡੇ ਕਲੈਪਿੰਗ ਟੂ ਹੈਪੀ ਬਰਥਡੇ ਟੂ ਯੂ ਇਹਨੂੰ ਤਾਂ ਸਾਰੇ ਐਵੇਂ ਕੇਕ ਨੇ ਵੀ ਕੇਕ ਹੈਪੀ ਬਰਥਡੇ ਟੂ ਯੂ ਲਈ ਹੁੰਦੇ ਨੇ ਟੂ ਯੂ ਨਹੀਂ ਹੈਗਾ ਪੁੱਤ ਐਨਵਰਸਰੀ ਆ ਪਾਪਾ ਮੰਮਾ ਦੀ ਇਹਨੂੰ ਤਾਂ ਬਸ ਕੇਕ ਤੋਂ ਐਵੇਂ ਆ ਵੀ ਸਾਰਾ ਟੂ ਜੋ ਹੀ ਹੁੰਦਾ ਆ ਕੇਕ ਦੇ ਆਲੇ ਦੁਆਲੇ ਦੇਖੀ ਜਿਵੇਂ ਮੱਖੀਆਂ ਨੀ ਪਿਣਕਰੀਆਂ ਹੁੰਦੀਆਂ ਦੋਨੇ ਜਣੀਆਂ ਖੜੀਆਂ ਨੇ ਮੈਨੇ ਕੇਕ ਖਾਣਾ ਪਹਿਲਾਂ ਇੱਧਰ ਦੱਸ ਖਾਣਾ ਹਾਂ ਖਾਣਾ ਮੇਰੇ ਪੁੱਤਰੇ ਬਾਈ ਚੱਲ ਉਹ ਸੀ ਪੁੱਤਰ ਤੈਨੂੰ ਉਹ ਪਤਾ ਮੈਰੀ ਨਾ ਆ ਸੀ ਚਲੋ ਗੁੱਡ ਗਰਲ ਚਲੋ ਤੂੰ ਬਾਬਾ ਜੀ ਮਹੀਨਾ ਉੱਥੇ ਬੈਠ ਕੇ ਖਾ ਲਾ ਹਾਂ ਚੱਲ ਤੂੰ ਵੀ ਮਹਿਰੀਨ ਕੋਲ ਹੀ ਚੱਲ ਲੈ ਪੁੱਤ ਪਹਿਲਾਂ ਮੰਮੀ ਡੈਡੀ ਨੂੰ ਤਾਂ ਖਵਾ ਦਈਏ ਲੈ ਡੈਡੀ ਨੂੰ ਆ ਦੇਖੀ ਰਵਾ ਆ ਦੇਖਿਓ ਪੁੱਤ ਨਾ ਲਓ ਡੈਡੀ ਨੂੰ ਬਸ ਦੇਖ ਲਓ ਬਾਈ ਸਾਡਾ ਸਾਡੀ ਐਨਵਰਸਰੀ ਸਾਨੂੰ ਖਵਾਇਆ ਨੀ ਕਿਸੇ ਨੇ
ਜਿੱਥੇ ਜਵਾਕ ਆਉਣ ਉੱਥੇ ਕੋਈ ਪ੍ਰੋਗਰਾਮ ਨਹੀਂ ਬਣਦੇ, ਉੱਥੇ ਤਾਂ ਬਸ ਚੱਕ ਲਓ ਜੋ ਚੀਜ਼ ਬਣਦੀ ਆ। ਹਾਲ ਅਸੀਂ ਖੜੀਆਂ ਨੇ ਦੇਖੋ ਕੌਲੀਆਂ। ਹਾਂ ਖਾ ਲਾ ਪੁੱਤ, ਇੱਥੇ ਬੈਠ ਕੇ ਖਾ ਲਾ। ਬਾਬ ਤੂੰ ਕਿੱਥੇ ਬੈਠ ਕੇ ਖਾਏਂਗਾ? ਲੈ ਦੇਖ ਤਾਂ ਸੀ, ਖਾ ਲੂਗੀ ਨਾਲੇ। ਲੈ 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 ਦੇਖ ਤਾਂ ਸੀ, ਰੀਸਾਂ ਤਾਂ ਬੜੀਆਂ ਬੜੀਆਂ ਕਰਦੀ ਆ। ਮਹਾਂ ਹੈਗਾ ਨਾ, ਜਿੱਥੇ ਜਵਾਕ ਹੋਣਗੇ ਆਪਣੀ ਐਨਵਰਸਰੀ, ਆਪਾਂ ਨੇ ਮੂੰਹ ਨੀ ਹਾਲੇ ਤੱਕ ਮਿੱਠਾ ਕਰਿਆ। ਜਵਾਕਾਂ ਨੂੰ ਦੇਣਾ ਪੈਂਦਾ ਪਹਿਲਾਂ ਕੇਕ। ਡੈਡੀ ਦੇਖ ਰਹੇ ਨੇ ਵੀ ਕਿਹੜਾ ਲੈਣਾ। ਸਾਡੇ ਨੀ ਤੂੰ, ਅਸਲ ਚ ਤੂੰ ਕਹਿ ਵੀ ਮੈਂ ਚੱਲ ਰਹੀ ਹਾਂ ਮਿੱਠੇ ਤੇ, ਹੋਰ ਨੀ ਕੋਈ ਵੀ ਹੈਗਾ ਬਾਈ, ਇਹ ਚੱਲ ਰਹੀ ਆ ਪੂਰੀ।